ਹੈਲੋ ਸਟੂਡੈਂਟਸ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਮੇਰੀ ਕਲਾਸ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਕਰਨਾ 10th ਕਲਾਸ ਦਾ ਚੈਪਟਰ ਫਰਸਟ ਜਿਹੜਾ ਉਹ ਸ਼ੁਰੂ ਕਰਨਾ ਤੇ ਇਹ ਫਰਸਟ ਚੈਪਟਰ ਦੀ ਇੰਟਰੋਡਕਸ਼ਨ ਪਹਿਲਾਂ ਹੋ ਚੁੱਕੀ ਹੈ ਇੰਟਰੋਡਕਸ਼ਨ ਦੇ ਵਿੱਚ ਅਸੀਂ ਰੀਅਲ ਨੰਬਰ ਕਰ ਲਿਆ ਹੈ ਕਿ ਰੀਅਲ ਨੰਬਰ ਕੀ ਹੁੰਦੇ ਆ ਹੁਣ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਯੂਕਲਿਡ ਵੰਡ ਪਰਮੇਕਾ ਇਹਦੇ ਤੇ ਆਧਾਰਿਤ ਹੈ ਸਾਡਾ ਯੂਕਲਿਡ ਵੰਡ ਅਲਗੋਰਿਥਮ ਹੈ ਉਹਦੇ ਅਸੀਂ ਯੂਜ਼ ਕਰਕੇ ਐਟਸੀਐਫ ਪਤਾ ਕਰਨਾ ਸਾਨੂੰ ਦਿੱਤੀਆਂ ਹੋਈਆਂ ਜਿਹੜੀਆਂ ਸੰਖਿਆਵਾਂ ਹੋ ਗਈਆਂ ਉਹਨਾਂ ਦਾ ਅਸੀਂ ਐਚਸੀਐਫ ਪਤਾ ਕਰਨਾ ਹੁਣ ਜਿਹੜਾ ਯੂਕਲਿਡ ਡਿਵੀਜ਼ਨ ਲਾਮਾ ਆ ਲਾਮਾ ਤੇ ਐਲਗੋਰਿਥਮ ਦੋ ਚੀਜ਼ਾਂ ਅਲੱਗ-ਅਲੱਗ ਹੈਗੀਆਂ ਐਲਗੋਰਿਥਮ ਸਾਡੇ ਕੋਲ ਹੁੰਦਾ ਆ ਕੋਈ ਵੀ ਚੀਜ਼ ਆ ਉਹਦੇ ਜਿਹੜੇ ਪਰਿਭਾਸ਼ਿਤ ਪੱਗ ਹੁੰਦੇ ਆ ਸਟੈਪਸ ਹੁੰਦੇ ਆ ਹਨਾ ਜਿਹੜੇ ਉਹਦੇ ਡਿਫਾਈਨਡ ਸਟੈਪਸ ਹੁੰਦੇ ਆ ਉਹਨਾਂ ਦੀ ਇੱਕ ਲੜੀ ਹੁੰਦੀ ਹੈ ਇਹ ਠੀਕ ਹੈ ਜਿਹੜਾ ਐਲਗੋਰਿਥਮ ਹੁੰਦਾ ਤੇ ਇੱਕ ਕਿਸੇ ਖਾਸ ਤਰ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਦੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਮਤਲਬ ਸਮਝਾ ਕੇ ਉਹਦੀ ਵਿਧੀ ਦੱਸਦੇ ਹਾਂ ਉਸ ਸਮੱਸਿਆ ਨੂੰ ਹੱਲ ਕਰਨ ਦੀ ਵਿਧੀ ਦੱਸਦਾ ਜੇ ਐਲਗੋਰਿਥਮ ਲਿਖਿਆ ਤਾਂ ਠੀਕ ਹੈ ਤੇ ਜਿਹੜਾ ਲਾਮਾ ਹੈਗਾ ਲਾਮਾ ਜਿਹੜੀ ਇਹ ਪ੍ਰੂਵਨ ਸਟੇਟਮੈਂਟ ਹੁੰਦੀ ਆ ਜਿਹੜੀ ਪਹਿਲਾਂ ਇਪਰੂਵ ਹੋਈ ਹੋਆ ਤੇ ਕਿਸੇ ਹੋਰ ਨੂੰ ਦੂਜੀ ਸਟੇਟਮੈਂਟ ਨੂੰ ਪ੍ਰੂਵ ਕਰਨ 'ਚ ਸਾਡੀ ਸਹਾਇਤਾ ਕਰਦੀ ਹੈ ਠੀਕ ਹੈ ਹੁਣ ਅਸੀਂ ਯੂਕਲਿਡ ਵੰਡ ਜਿਹੜਾ ਲਾਮਾ ਹੈਗਾ ਜਿਹੜੀ ਪਰਮੇਕਾ ਹੈਗੀ ਉਹਦੇ ਨਾਲ ਅਸੀਂ ਯੂਕਲਿਡ ਵੰਡ ਐਲਗੋਰਿਥਮ ਕਰਨਾ ਹੈ ਠੀਕ ਹੈ ਨਾ ਇਹ ਦੋ ਚੀਜ਼ਾਂ ਇਹ ਜਿਹੜਾ ਯੂਕਲਿਡ ਵਨ ਐਲਗੋਰਿਥਮ ਹੈਗਾ ਜਾਂ ਲਾਮਾ ਹੈਗਾ ਪਹਿਲੀ ਗੱਲ ਤਾਂ ਲਾਮਾ ਕੀ ਹੈ ਯੂਕਲਿਡ ਡਿਵੀਜ਼ਨ ਲਾਮਾ ਕੀ ਹੈ ਠੀਕ ਹੈ ਅਸੀਂ ਇਹਦੀ ਪਰਿਭਾਸ਼ਾ ਲਿਖਦੇ ਹਾਂ ਪਹਿਲਾਂ ਇਹਦੀ ਪਰਿਭਾਸ਼ਾ ਹੈਗੀ ਆ ਕਿ ਦਿੱਤੀਆਂ ਹੋਈਆਂ ਦੋ ਧਨਾਤਮਕ ਸੰਪੂਰਨ ਸੰਖਿਆਵਾਂ ਦਿੱਤੀਆਂ ਹੋਈਆਂ ਦੋ ਧਨਾਤਮਕ ਸੰਪੂਰਨ ਸੰਖਿਆਵਾਂ ए बी दो विलक्षण पूर्ण संख्या क्यों हथियार हों ਜਿੱਥੇ a ਬਰਾਬਰ ਹੁੰਦਾ b q r ਐਂਡ 0 than, r b ਠੀਕ ਹੈ ਇੰਗਲਿਸ਼ ਵਿੱਚ ਵੀ ਸੀ ਡਿਫੀਨੇਸ਼ਨ ਇਹਦੇ ਲਿਖ ਕੇ ਫਿਰ ਸਮਝਦੇ ਹਾਂ ਇਹਨੂੰ ਐਕਚੁਅਲੀ ਹੈ ਕੀ ਹੈ ਹਨਾ ギਵਨ ਪੋਜ਼ਿਟਿਵ ਇੰਟੀਜਰ a ਐਂਡ b A and B, there exists a unique integer, unique integer Q and R satisfying A is equal to. b q r where 0 r b ਠੀਕ ਹੈ ਕੋਈ ਦੋ ਇੰਟੀਜਰ a ਤੇ b ਹੈਗੇ ਆ ਪੋਜ਼ਿਟਿਵ ਇੰਟੀਜਰ ਹੈ ਠੀਕ ਹੈ ਉਥੇ ਕੋਈ ਇਦਾਂ ਦੇ ਦੋ ਯੂਨਿਕ ਇੰਟੀਜਰ ਜਿਹੜੇ ਆ ਉਹ ਐਗਜ਼ਿਸਟ ਕਰਦੇ ਆ ਉਹ q ਤੇ r ਹੈ ਜਿਹੜੇ ਇਸ ਇਸ ਇਕੁਏਸ਼ਨ ਨੂੰ ਸੈਟੀਸਫਾਈ ਕਰਦੇ ਆ ਠੀਕ ਹੈ ਇਹਦਾ ਮਤਲਬ ਦੇਖੋ ਏ ਤੇ ਬੀ ਮੰਨ ਲਓ ਮੈਂ ਏ ਲੈ ਲਿਆ 5 ਤੇ ਬੀ ਲੈ ਲਿਆ 7 ਠੀਕ ਹੈ ਦੋ ਇੰਟੀਜ਼ਰ ਹੋ ਗਏ ਪੋਜ਼ਿਟਿਵ ਇੰਟੀਜ਼ਰ ਹੈ ਸਾਡੇ ਏ ਤੇ ਬੀ ਦੋਨੇ ਪੋਜ਼ਿਟਿਵ ਇੰਟੀਜ਼ਰ ਹੈ ਹੁਣ ਮੈਂ 7 ਨੂੰ ਜੇ 5 ਨਾਲ ਡਿਵਾਈਡ ਕਰਦਾ ਠੀਕ ਹੈ ਤੇ 5 ਇੱਕਮ 5 ਬਾਕੀ ਕਿੰਨੇ ਬਚ ਗਏ 2 ਪੰਜਾਬੀ ਚ ਅਸੀਂ ਇਹਨੂੰ ਕਹਿੰਦੇ ਆ ਭਾਜਕ ਭਾਗਫਲ ਭਾਜ ਤੇ ਬਾਕੀ ਇਹ ਬੋਲਦੇ ਨੇ ਅਸੀਂ ਛੋਟੀਆਂ ਗਲਾਸਾਂ ਜੀ ਕੀਤਾ ਤੇ ਇੰਗਲਿਸ਼ 'ਚ ਅਸੀਂ ਇਹਨੂੰ ਬੋਲਦੇ ਆ ਡਿਵਾਈਜ਼ਰ ਕੋਸ਼ੈਂਟ ਰਿਮੇਂਡਰ ਇਹ ਸਾਡਾ ਹੁੰਦਾ ਡਿਵਿਡੈਂਡ ਠੀਕ ਹੈ ਅਸੀਂ ਇਹਨੂੰ ਕਿੱਦਾਂ ਲਿਖਦੇ ਹਾਂ ਪੰਜਾਬੀ 'ਚ ਅਸੀਂ ਕਿੱਦਾਂ ਲਿਖਦੇ ਹਾਂ ਭਾਜ ਜਿਹੜਾ ਕਿਹਦੇ ਬਰਾਬਰ ਹੁੰਦਾ ਭਾਜਕ ਗੁਣਾ ਭਾਗਫਲ ਪਲੱਸ ਬਾਕੀ ਠੀਕ ਹੈ ਨਾ ਇੰਗਲਿਸ਼ 'ਚ ਲਿਖਾਂਗੇ ਡਿਵੀਡੈਂਡ ਇਕੁਅਲ ਟੂ ਡਿਵਾਈਜ਼ਰ ਇੰਟੂ ਕੋਸ਼ੈਂਟ ਪਲੱਸ ਰਿਮੇਂਡਰ ਠੀਕ ਹੈ ਸੇਮ ਹੀ ਇਹ ਚੀਜ਼ ਹੈ 7 ਜਿਹੜਾ ਸਾਡਾ a ਹੈ ਤੇ 5 ਸਾਡਾ b ਹੈ ਠੀਕ ਹੈ 7 a ਹੈ ਜਿਹੜੀ ਵੱਡੀ ਟਰਮ ਹੈ ਉਹਨੂੰ ਅਸੀਂ a ਰੱਖਿਆ ਜਿਹੜੀ ਛੋਟੀ ਉਹਨੂੰ b ਰੱਖ ਲਿਆ ਹੁਣ 7 ਸਾਡਾ ਡਿਵੀਡੈਂਡ ਹੈ 7 ਜਿਹੜਾ ਭਾਜ ਹੈ ਇਹਨੂੰ 5 ਨਾਲ ਅਸੀਂ ਭਾਗ ਕਰ ਰਹੇ ਹਾਂ ਠੀਕ ਹੈ ਤਾਂ 7 ਕਿਹਦੇ ਬਰਾਬਰ ਹੈ ਫਿਰ 7 ਸਾਡਾ a ਹੈ ਤਾਂ a ਕਿਹਦੇ ਬਰਾਬਰ ਹੋਇਆ ਇਹ ਤੇ ਦੇਖ ਲਓ ਭਾਜ 7 ਐ ਨਾ ਇਹ ਕਿਹਦੇ ਬਰਾਬਰ ਹੋ ਗਿਆ ਭਾਜਕ ਭਾਜਕ ਸਾਡਾ 5 ਐ ਇਹ 20 ਹੋ ਗਿਆ ਫਿਰ ਠੀਕ ਐ ਨਾ ਗੁਣਾ ਭਾਗਫਲ ਭਾਗਫਲ ਸਾਡਾ ਕੋਸ਼ੀਐਂਟ ਐ ਗੁਣਾ ਕੋਸ਼ੀਐਂਟ ਹੋ ਗਿਆ ਪਲੱਸ ਰਿਮੇਂਡਰ ਐਹੀ ਜਿਹੜੀ ਚੀਜ਼ ਅਸੀਂ ਛੋਟੀਆਂ ਕਲਾਸਾਂ 'ਚ ਪੜ੍ਹੀ ਐ ਉਹੀ ਸਾਨੂੰ ਇਹ ਜਿਹੜੀ ਪ੍ਰੂਫਡ ਸਟੇਟਮੈਂਟ ਹੈਗੀ ਆ ਇਹੀ ਸਟੇਟਮੈਂਟ ਨੂੰ ਅਸੀਂ ਡਿਵੀਜ਼ਨ ਅਲਗੋਰੀਥਮ 'ਚ ਅਸੀਂ ਸਮਝ ਕੇ ਅਸੀਂ ਇਹਦੇ ਨਾਲ ਕੀ ਪਤਾ ਕਰਨਾ ਹੈ ਐਚसीएफ ਪਤਾ ਕਰਨਾ ਹੁਣ ਦੂਜੀ ਦੂਜਾ ਸਾਨੂੰ ਕੀ ਦਿੱਤਾ ਹੈ ਦੂਸਰਾ ਉਹਨੇ ਕੀ ਬੋਲਿਆ ਕਿ 0 r b ਕਿ ਜਿਹੜਾ ਰਿਮੇਂਡਰ ਆ ਜਿਹੜਾ ਬਾਕੀ ਬਚਦਾ ਆ ਜੇ ਤਾਂ ਸਾਡੇ ਕੋਲ ਬਾਕੀ ਬਚਦਾ ਜਾਂ ਤਾਂ ਉਹ 0 ਹੁੰਦਾ 0 ਬਚ ਜਾਵੇ ਤਾਂ ਫਿਰ ਸਾਡਾ ਸਮ ਸੋਲਵ ਹੋ ਜਾਂਦਾ ਤਾਂ 0 ਦੇ ਇਕੁਅਲ ਹੋ ਸਕਦਾ ਨਾ ਇਹ ਰਿਮੇਂਡਰ ਜਿਹੜਾ ਇਹ 0 ਦੇ ਇਕੁਅਲ ਹੋ ਸਕਦਾ ਹੈ ਜਾਂ ਜੇ ਬਾਕੀ ਬਚੇਗਾ ਤਾਂ ਇਹਦੇ ਨਾਲੋਂ ਛੋਟਾ ਹੋਏਗਾ ਇਹਦੇ ਨਾਲੋਂ ਵੱਡਾ ਨਹੀਂ ਥੱਲੇ ਬਾਕੀ ਬਚੇਗਾ ਇਹਦੇ ਨਾਲੋਂ ਛੋਟਾ ਹੋਏਗਾ ਹਨਾ ਆਰ ਜਿਹੜਾ ਮਤਲਬ ਜ਼ੀਰੋ ਦੇ ਬਰਾਬਰ ਹੋ ਸਕਦਾ ਜਾਂ ਜ਼ੀਰੋ ਤੋਂ ਵੱਡਾ ਹੋ ਸਕਦਾ ਠੀਕ ਹੈ ਜ਼ੀਰੋ ਦੇ ਬਰਾਬਰ ਜਾਂ ਜ਼ੀਰੋ ਤੋਂ ਵੱਡਾ ਹੋਏਗਾ ਪਰ ਇਹ ਹਮੇਸ਼ਾ ਛੋਟਾ ਹੋਏਗਾ ਕਿ ਇਹਦੇ ਤੋਂ ਜਿਹਦੇ ਨਾਲ ਅਸੀਂ ਭਾਗ ਕਰ ਰਹੇ ਹਾਂ ਜਿਹੜਾ ਨੂੰ ਜਿੰਨੂੰ ਅਸੀਂ ਬੀ ਮੰਨਦੇ ਆ ਠੀਕ ਹੈ ਨਾ ਆਰ ਜਿਹੜਾ ਜ਼ੀਰੋ ਵੀ ਹੋ ਸਕਦਾ ਹੈ ਤੇ ਜ਼ੀਰੋ ਤੋਂ ਵੱਡਾ ਵੀ ਹੋ ਸਕਦਾ ਹੈ ਪਰ ਇਹ ਜਿਹਦੇ ਨਾਲ ਅਸੀਂ ਭਾਗ ਕਰਦੇ ਆ ਉਹਦੇ ਨਾਲ ਹਮੇਸ਼ਾ ਛੋਟਾ ਹੋਏਗਾ ਤੇ ਭਾਗ ਕਰਨੇ ਵਾਲਾ ਅਸੀਂ ਲਿਆ ਇੱਥੇ b ਠੀਕ ਹੈ ਸੋ ਇਹ ਸਾਰੀ ਗੱਲ ਤੁਹਾਨੂੰ ਸਮਝ ਲੱਗੀ ਹੋਏਗੀ ਕਿ ਸਾਡਾ ਡਿਵਿਡੈਂਡ ਕਿਹਦੇ ਬਰਾਬਰ ਹੁੰਦਾ ਡਿਵਾਈਜ਼ਰ ਇੰਟੂ ਕੋਸ਼ੈਂਟ ਪਲੱਸ ਰਿਮੇਂਡਰ ਤੇ ਰਿਮੇਂਡਰ ਇਜ਼ ਆਲਵੇਜ਼ ਗ੍ਰੇਟਰ ਥੈਨ ਇਕੁਅਲ ਟੂ ਜ਼ੀਰੋ ਜਾਂ ਤਾਂ ਜ਼ੀਰੋ ਦੇ ਬਰਾਬਰ ਹੋਏਗਾ ਜਾਂ ਜ਼ੀਰੋ ਤੋਂ ਵੱਡਾ ਹੋਏਗਾ ਪਰ ਉਹ ਡਿਵਾਈਜ਼ਰ ਤੋਂ ਹਮੇਸ਼ਾ ਛੋਟਾ ਹੋਏਗਾ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਇਹਦੇ ਵਿੱਚ ਮਤਲਬ ਹੁਣ ਤੁਹਾਨੂੰ ਇਸ ਐਗਜ਼ਾਮਪਲ ਦੇ ਨਾਲ ਸਮਝ ਲੱਗ ਗਿਆ ਹੋਗਾ ਕਿ ਕੀ ਕੀ ਚੀਜ਼ ਆ ਕੋਈ ਵੀ ਦੋ ਨੰਬਰ ਹੈ ਦੋ ਨੰਬਰ ਹੈ ਜੇ ਦੋਸੇ ਇਹਨਾਂ ਨੂੰ ਡਿਵਾਈਡ ਕਰਦੇ ਆ ਤੇ ਇਸ ਇਕੁਏਸ਼ਨ ਚ ਫਿੱਟ ਹੁੰਦੇ ਆ ਕੀ ਆ ਭਾਜਕ ਗੁਣਾ ਭਾਗਫਲ ਪਲੱਸ ਬਾਕੀ ਤੇ ਜਿਹੜਾ ਬਾਕੀ ਆ ਉਹ ਜਾਂ ਜ਼ੀਰੋ ਹੋਏਗਾ ਜਾਂ ਜ਼ੀਰੋ ਤੋਂ ਵੱਡਾ ਹੋਏਗਾ ਪਰ ਭਾਜਕ ਨਾਲੋਂ ਛੋਟਾ ਹੋਏਗਾ ਠੀਕ ਹੈ ਨਾ ਇਸ ਚੀਜ਼ ਨੂੰ ਯੂਜ਼ ਕਰਕੇ ਅਸੀਂ ਐਚसीएफ ਪਤਾ ਕਰਨਾ ਉਹਨੂੰ ਅਸੀਂ ਕਵਾਂਗੇ ਯੂਕਲਿਡ ਡਿਵੀਜ਼ਨ ਐਲਗੋਰਿਥਮ ਠੀਕ ਹੈ ਸਟੈਪ ਵਾਈਜ਼ ਸਟੈਪ ਵਾਈਜ਼ ਅਸੀਂ ਪਤਾ ਕਰਾਂਗੇ ਹੁਣ ਅਸੀਂ ਇਹ ਕੁਐਸਚਨ ਕਰਾਂਗੇ ਠੀਕ ਹੈ ਦੇਖੋ ਕੁਐਸਚਨ ਹੈਗਾ ਸਾਡੇ ਕੋਲ ਪਹਿਲਾ 135 ਤੇ 225 ਦਾ ਅਸੀਂ ਐਚ ਸੀ ਰੇ ਪਤਾ ਕਰਨਾ ਠੀਕ ਹੈ ਹੁਣ ਸਭ ਤੋਂ ਪਹਿਲਾਂ ਇੱਧਰ ਅਸੀਂ ਡਿਵੀਜ਼ਨ ਕਰਨੀ ਸ਼ੁਰੂ ਕਰਨੀ ਹੈ 225 ਨੂੰ ਕਿਉਂਕਿ 225 ਜ਼ਿਆਦਾ ਇਹਨੂੰ ਅਸੀਂ ਭਾਗ ਕਰਨੀ ਆ 135 ਨਾਲ ਹੁਣ ਸਾਡੇ ਕੋਲੇ ਜਾਏਗਾ 1 ਤੇ 135 135 0 5 ਚੋਂ 5 ਗਏ 0 12 ਚੋਂ 3 ਗਏ 9 ਬਾਕੀ 90 ਬਚ ਗਏ ਹੁਣ ਇਹ ਜਿਹੜੀ ਚੀਜ਼ ਆ ਇਹ ਜੋ ਕੁਛ ਆ ਇਹਨੂੰ ਅਸੀਂ ਇਸ ਤਰੀਕੇ ਨਾਲ ਲਿਖ ਲੈਣਾ ਇੱਥੇ ਠੀਕ ਹੈ ਕੀ ਲਿਖਣਾ ਸੀ 225 ਠੀਕ ਹੈ ਜਿਹੜੀ ਵੱਡੀ ਰਕਮ ਆ ਉਹੀ ਅਸੀਂ ਇਹ ਮੰਨਦੇ ਨਾ दो सौ पच्ची कि बराबर होने एक सौ पैंती गुणा एक प्लस नब्बे ठीक है ये स्टैप पहला पहला पग है हूँ क्योंकि साढ़े जीरो नहीं बचा हूँ साढ़ा दूजा काम नब्बे तो एक सौ पैंती होना है ठीक है फिर असी की करेंगे नब्बे बार रहा एक सौ पैंती अंदर गए ਇਦਾਂ 90 ਨਾਲ ਭਾਗ ਕਰਾਂਗੇ 90 90 ਠੀਕ ਹੈ ਹੁਣ ਇਹਨੂੰ ਭੁੱਲ ਜਾਣਾ ਹੁਣ ਇਹਨੂੰ ਰੱਖਣਾ ਸੀ ਯਾਦ ਹੁਣ ਸਾਡੇ ਕੋਲ A ਜਿਹੜਾ ਕਿੰਨਾ ਹੈ 135 ਹੈ ਹਨਾ ਅੱਛਾ 90 90 ਤਾਂ ਬਾਕੀ ਕਿੰਨੇ ਬਚ ਗਏ ਸਾਡੇ ਕੋਲ 45 ਠੀਕ ਹੈ 45 ਬਚ ਗਏ ਹੁਣ ਅਸੀਂ ਇਹਨਾਂ ਨੂੰ ਲਿਖਣਾ ਅਗਲੇ ਸਟੈਪ 'ਚ ਸਟੈਪ ਨੰਬਰ 2 ਠੀਕ ਹੈ ਅਸੀਂ ਇਹਦੇ ਤੇ ਤੇ ਅਸੀਂ ਕੰਮ ਕਰਦੇ ਪਏ ਆ 135 ਜਿਹੜੇ ਇੱਥੇ ਆ ਗਏ ਸਾਡੇ 135 ਇਹਦੇ ਬਰਾਬਰ ਹੋਣੇ ਆ 90 1 ਕਿੰਨੇ ਬਚ ਗਏ 45 ਇਹ ਇਹ ਹੀ ਚੱਲਦਾ ਪਿਆ ਸਾਡਾ ਠੀਕ ਹੈ ਇਹ ਦੂਸਰਾ ਸਟੈਪ ਹੈ ਹੁਣ ਹੁਣ ਫਿਰ ਕਿਉਂਕਿ ਜਦ ਤੱਕ ਸਾਡੇ ਕੋਲ ਇੱਥੇ ਜ਼ੀਰੋ ਨਹੀਂ ਨਾ ਆਂਦੀ ਉਹ ਤੱਕ ਅਸੀਂ ਚੱਲੀ ਜਾਣਾ ਹੁਣ ਅਸੀਂ ਕਿਤੇ ਕੰਮ ਕਰਨਾ 90 ਤੇ ਤਾਂ 45 ਤੇ ਠੀਕ ਹੈ ਸਟੈਪ ਨੰਬਰ 3 ਸਾਡੇ ਕੋਲ ਪਹਿਲਾਂ ਆਣ ਗਿਆ 90 90 ਕਿਹਦੇ ਬਰਾਬਰ ਹੋਏਗਾ ਹੁਣ ਅਸੀਂ 90 ਨੂੰ ਇੱਥੇ ਅੰਦਰ ਲੈ ਲਾਂਗੇ 45 2 90 ਬਾਕੀ ਸਾਡੇ ਕੋਲ 0 ਬਚ ਗਿਆ ਠੀਕ ਹੈ ਹੁਣ 90 ਕਿਹਦੇ ਇਕੁਅਲ ਟੂ ਜਾਣੇ 45 2 ਠੀਕ ਹੈ ਇੱਥੇ ਸਾਡੇ ਕੋਲ b ਕੀ ਆ 45 ਹੈ ਨਾ 45 2 ਬਾਕੀ ਕਿੰਨਾ ਆਇਆ 0 0 ਆ ਗਿਆ ਹੁਣ 0 ਦੇ ਬਿਲਕੁਲ ਉੱਪਰ ਜਿਹੜਾ ਸਾਡੇ ਕੋਲ ਜੇ ਸਟੈਪ ਬਾਈ ਚੱਲਦੇ ਆਂ ਦੇ ਉੱਪਰ ਬਿਲਕੁਲ ਇਹ 45 ਆ ਜਾਂਦਾ ਹੈ ਜਾਂ ਇਦਾਂ ਯਾਦ ਰੱਖੋ ਕਿ ਜਿਹਦੇ ਨਾਲ ਭਾਗ ਕਰਨ ਤੇ ਲਾਸਟ ਸਾਡੇ ਕੋਲ 0 ਆ ਗਈ ਉਹ ਸਾਡਾ ਐਚसीएफ ਹੈ ਠੀਕ ਹੈ ਹੁਣ ਅਸੀਂ ਲਾਸਟ ਲਿਖ ਲਾਂਗੇ ਐਚसीएफ ਇਕੁਅਲ ਟੂ 45 ਜਿਹਦੇ ਨਾਲ ਭਾਗ ਕਰਨ ਤੇ ਲਾਸਟ ਸਾਡੇ ਕੋਲ ਰਿਮੇਨਡਰ 0 ਆ ਗਿਆ ਉਹ ਸਾਡਾ ਐਚसीएफ ਹੋ ਗਿਆ ਠੀਕ ਹੈ ਇਹ ਸਾਡਾ ਫਰਸਟ ਪਾਰਟ ਹੋ ਗਿਆ ਹੁਣ ਅਸੀਂ ਸੈਕਿੰਡ ਪਾਰਟ ਕਰ ਲੈਨੇ ਆ ਸੈਕਿੰਡ ਪਾਰਟ ਸਾਡਾ ਹੈਗਾ 196 ਅਤੇ 38220 ਠੀਕ ਹੈ ਹੁਣ ਸਾਡੇ ਕੋਲ ਇੱਥੇ ਏ ਕਿੰਨੀ ਆ 38220 ਤੇ 20 ਸਾਡੀ ਹੈਗੀ ਆ 196 ਹੁਣ ਇਹਨੂੰ ਭਾਗ ਕਰਾਂਗੇ ਅਸੀਂ 1 ਤੇ ਜਾਏਗਾ ਇਹ 196 ਜਾਣਗੇ 12 6 ਗੇ 6 17 ਚ 9 ਗੇ 8 2 ਚ ਇਕ ਗਿਆ 1 186 ਬਚੇ ਬਾਕੀ ਠੀਕ ਹੈ ਉੱਪਰੋਂ 2 ਉਤਾਰੇ ਅਸੀਂ ਹੁਣ ਦੇਖੀਏ ਅਸੀਂ ਤੇ 9 9 ਦੇ ਨਾਲ ਲਗਭਗ ਇਹ ਚਲ ਜਾਏਗਾ 9 ਨਾਲ ਇਹਨੂੰ ਗੁਣਾ ਕਰਕੇ ਦੇਖਾਂਗੇ ਤਾਂ ਸਾਡੇ ਕੋਲ ਆ ਜਾਏਗਾ 1764 12 ਚ 4 ਗੇ 8 15 ਚ 6 ਗੇ 9 98 ਬਾਕੀ ਬਚ ਗਏ ਉੱਪਰ ਹੁਣ ਅਸੀਂ ਜ਼ੀਰੋ ਤਾਰਾਂਗੇ ਹੁਣ ਇਹ 5 ਤੇ ਜਾਏਗਾ 196 ਨੂੰ 5 ਨਾਲ ਗੁਣਾ ਕਰਕੇ ਸਾਡੇ ਕੋਲ ਆ ਜਾਣੇ 980 ਠੀਕ ਹੈ ਬਾਕੀ ਸਾਡੇ ਕੋਲ ਕੀ ਬਚ ਗਿਆ ਹੁਣ ਇੱਥੇ ਜ਼ੀਰੋ ਜ਼ੀਰੋ ਬਚ ਗਿਆ ਇੱਥੇ ਜਦੋਂ ਅਸੀਂ 196 ਨਾਲ ਡਿਵਾਈਡ ਕੀਤਾ ਜ਼ੀਰੋ ਆ ਗਿਆ ਠੀਕ ਹੈ ਤੇ ਇਹਦਾ ਮਤਲਬ ਇਹੀ ਹੈ ਦਾ ਐਸਫ ਹੈ ਸਟੈਪ ਨੰਬਰ 1 ਸਾਡੇ ਕੋਲ ਆ ਗਿਆ 38220 ਕਿਹਦੇ ਬਰਾਬਰ ਆ ਗਿਆ 196 ਗੁਣਾ ਕੋਸ਼ੈਂਟ ਕਿੰਨਾ 195 ਪਲੱਸ ਰਿਮੇਂਡਰ ਸਾਡਾ ਕਿੰਨਾ ਆ ਗਿਆ ਜ਼ੀਰੋ ਜਦੋਂ ਰਿਮੇਂਡਰ ਜ਼ੀਰੋ ਹੈ ਜਿਹਦੇ ਨਾਲ ਅਸੀਂ ਭਾਗ ਕੀਤੀ ਹੈ ਜਿਹਦੇ ਨਾਲ ਅਸੀਂ ਭਾਗ ਕੀਤੀ ਹੈ ਉਹੀ ਰਕਮ ਜਿਹੜੀ ਆ ਉਹ ਐਚ ਐਫ ਹੋਏਗੀ ਠੀਕ ਹੈ देयरफॉर ਐਚ ਐਫ ਇਸ ਇਕੁਅਲ ਟੂ 196 ਠੀਕ ਹੈ ਇਹ ਇਹ ਨਹੀਂ ਦੇਖਣਾ ਕਿ ਪਹਿਲੇ ਸਟੈਪ ਚ ਜ਼ੀਰੋ ਆ ਗਿਆ ਤੇ ਸਾਡਾ ਸ਼ਾਇਦ ਗਲਤ ਹੈ ਨਹੀਂ ਜਿੱਥੇ ਜ਼ੀਰੋ ਆ ਗਿਆ ਰਿਮੇਂਡਰ उत्त जरा भाग की उड़ा एच सी एफ होएगा, ठीक है हूँ तीसरा क्वेश्चन है तीसरा भाग साढ़े कोताहठ तो दो सौ पचवंजा हूँ अठ सौ सताहठ वे ठीक है अठ सौ सताहठ बराबर अठ सौ सताहठ नी भाग करा दो सौ पचवंजा दे ਅ 25 20 25 3 75 3 ਨਾਲ ਚਲ ਜਾਏਗਾ ਇਹ 3515 1 3515 ਤੇ 1 16 1 36 ਤੇ 1 7 ਠੀਕ ਹੈ 705 ਗਏ 2 66 ਗਏ 0 87 ਗਏ 1 102 ਬਾਕੀ ਬਚ ਗਏ ਠੀਕ ਹੈ ਹੁਣ ਸਟੈਪ 1 ਹੈ ਸਾਡਾ 867 ਕਿਹਦੇ ਬਰਾਬਰ ਹੋ ਜਾਣੇ 255 3 ਬਾਕੀ ਸਾਡਾ ਕਿੰਨਾ ਆ ਗਿਆ 102 ਠੀਕ ਹੈ ਹੁਣ ਸਟੈਪ ਨੰਬਰ 2 ਦੂਜੇ ਸਟੈਪ ਚ ਅਸੀਂ 255 ਤੇ 102 ਨੂੰ ਲੈਣਾ ਠੀਕ ਹੈ 255 ਬਰਾਬਰ ਕਿਹਦੇ ਆ ਜਾਣੇ ਆ ਇਹ ਦੋ ਤੇ ਜਾਏਗਾ 22402112 ਠੀਕ ਹੈ 5 4 1 5 ਦੇ 5 51 ਬਾਕੀ ਬਚ ਗਏ ਠੀਕ ਹੈ 1 ਕਿਹਦੇ ਬਰਾਬਰ ਆ ਜਾਣਾ ਸਾਡੇ ਕੋਲ 255 102 2 102 2 ਰਿਮੇਂਡਰ ਆ ਗਿਆ 51 ਹੁਣ ਸਾਡੇ ਕੋਲ ਆ ਜਾਣਾ ਸਟੈਪ ਨੰਬਰ 3 ਤੀਸਰਾ ਸਟੈਪ ਸਾਡਾ 102 ਤੇ 51 ਤੇ ਚੱਲਣਾ ਠੀਕ ਹੈ 102 ਬਰਾਬਰ ਕਿ ਇਹਦੇ ਹੋਏਗਾ 51 ਨਾਲ ਹੁਣ 102 ਨੂੰ ਭਾਗ ਕਰ ਦੇਣੀ ਹੈ 51 ਦੁਣਾ 102 ਬਾਕੀ 0 ਬਚ ਗਿਆ ਠੀਕ ਹੈ ਇਹ ਕੀ ਆਏਗਾ ਸਾਡੇ ਕੋਲ 51 2 0 ਫਿਰ ਸਾਡਾ HCF ਕੀ ਆ ਗਿਆ देयरफॉर HCF ਇਸ ਇਕੁਅਲ ਟੂ 51 ਜਿਹਦੇ ਨਾਲ ਭਾਗ ਕਰਨ ਤੇ ਲਾਸਟ ਸਾਡੇ ਸਾਡੇ ਕੋਲ 0 ਆਂਦਾ ਉਹ ਸਾਡਾ HCF ਹੁੰਦਾ ਸੋ ਹੁਣੇ ਪਹਿਲੇ ਕੁਐਸਚਨ ਦੇ ਤਿੰਨੇ ਪਾਰਟ ਹੋ ਗਏ ਨੈਕਸਟ ਕੁਐਸਚਨ ਲਈ ਅਸੀਂ ਨੈਕਸਟ ਵੀਡੀਓ ਚਾਵਾਂਗੇ ਫਿਰ ਥਿਲ ਦੈਨ ਬਾਏ ਬਾਏ